ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਸਭ ਦੋਸਤਾਂ ਭਰਾਵਾਂ ਨੂੰ। ਆਲਮਗੀਰ ਪੀਜਨ ਕਲੱਬ ਦੇ ਪਲੇਟਫਾਰਮ ਤੋਂ ਮੁਹੰਮਦ ਸ਼ਾਹ ਚੌਧਰੀ ਦਾ ਸਲਾਮ ਜਨਾਬ। ਅਤੇ ਅੱਜ ਫਿਰ ਆਏ ਹਾਂ ਜਨਾਬ, ਤੁਹਾਡੇ ਸਾਰਿਆਂ ਦੀ ਖਿਦਮਤ ਵਿੱਚ ਹਾਜ਼ਰ ਹੋਏ ਹਾਂ। ਉਸਤਾਦ ਮਲਿਕ ਆਸਫ ਆਫ ਖੁਆਰ ਦੀ ਛੱਤ ਤੋਂ ਮੋਹਰਾਂ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਜਨਾਬ, ਮੋਹਰਾਂ ਲੱਗ ਚੁੱਕੀਆਂ। ਰਾਜਾ ਅਜਮਲ ਆਫਥੂਨ ਜਨਾਬ ਆਖੁਦ ਆਏ ਨੇ, ਉਹਨਾਂ ਮੋਹਰਾਂ ਲਗਾਈਆਂ। ਇਸ ਤੋਂ ਬਾਅਦ ਜਨਾਬ ਤੁਹਾਨੂੰ ਸ਼ੋਅ ਕਰਾਉਂਦੇ ਹਾਂ ਕਬੂਤਰਾਂ ਦਾ। ਤਿੰਨ ਨਰ ਪਿਛਲੀ ਫੜ ਕੇ ਵੀ ਦਿਖਾਏ ਸਨ। ਇਹ ਜਨਾਬ ਤਿੰਨ ਨਰ ਉਸਤਾਦ ਮਲਿਕ ਆਸਫ ਆਫ ਖੁਆਰ ਦੇ। ਪੰਜਵੀਂ ਅਤੇ ਆਖਰੀ ਉਡਾਨ ਫਾਈਨਲ ਫੜਕ ਹੈ ਜਨਾਬ। ਤਿੰਨ ਨਰ ਚਾਰ ਮਾਦੀਆਂ ਨੂੰ ਦੂਸਰੀ ਸਾਈਡ 'ਤੇ, ਮੈਂ ਤੁਹਾਨੂੰ ਉਹਨਾਂ ਦਾ ਵੀ ਸ਼ੋਅ ਕਰਾਉਂਦਾ ਜਨਾਬ। ਇਹ ਜਨਾਬ ਚਾਰ ਮਾਦੀਆਂ ਤਿੰਨਾਂ ਰਨ ਚਾਰ ਮਾਦੀਆਂ। ਚੌਥੀ ਉਡਾਣ ਵਿੱਚ ਵੀ ਤੁਹਾਨੂੰ ਸ਼ੋਅ ਕਰਵਾਇਆ ਸੀ ਇਹਨਾਂ ਦਾ, ਅੱਜ ਵੀ ਜਨਾਬ ਸ਼ੋਅ ਕਰਵਾਉਣਾ। ਚੌਥੀ ਉਡਾਣ ਵਿੱਚ ਕਮੇਟੀ ਦੀ ਤਰਫੋਂ ਜਨਾਬ ਆਏ ਸਨ ਅੱਜ ਉਸਤਾਦ ਮਲਿਕ ਆਸਫ ਸਾਹਿਬ, ਆਪ ਦਾਵਤ ਦਿੱਤੀ ਅੱਜ ਇਹਨਾਂ ਨੇ, ਆਪ ਪੜ੍ਹਾਇਆ ਜਨਾਬ। ਚਾਰ ਮਾਦੀਆਂ ਤਿੰਨ ਨਾਲ ਜਨਾਬ ਮੇਜਰ ਸ਼ਰਾਫ ਸਾਹਿਬ, ਜਨਾਬ ਖਲੀਫਾ ਸਾਹਿਬ, ਤੁਹਾਡਾ ਤਾਂ ਨਾਮ ਮੇਰੀ ਜ਼ੁਬਾਨ 'ਤੇ ਚੜ੍ਹਦੇ ਨਹੀਂ ਨਾ, ਅਲੀ ਅਸਗਰ ਵਾਨ ਸਾਹਿਬ ਜਨਾਬ। ਇੱਥੋਂ ਉਹਨਾਂ ਦੀ ਸ਼ਾਨ ਜਨਾਬ ਰਾਜਾ ਅਜਮਲ ਸਾਹਿਬ ਅੱਜ ਆਪ ਆਏ ਨੇ ਜਨਾਬ, ਮੋਹਰਾਂ ਲਗਾਈਆਂ। ਅਤੇ ਸਾਡੇ ਇਲਾਕੇ ਦੀ ਜਿਹੜੀ ਪਛਾਣ ਬਣ ਗਏ ਉਸਤਾਦ ਮਲਿਕ ਆਸਫ ਸਾਹਿਬ, ਡੱਲੂ ਸਾਹਿਬ, ਸਲਮਾਨ ਡੱਲੂ ਸਾਹਿਬ ਜਨਾਬ, ਚਾਂਦ ਛੋਟਾ ਚਾਂਦ ਅਤੇ ਦੂਜੀ ਤਰੀਕ ਬਾਅਦ ਹੋਰ ਆਉਣਾ ਜਨਾਬ। ਚਾਂਦ ਸਾਹਿਬ ਚਾਂਦ ਰਹਿੰਦੀ ਪਿਛਾਂ ਪਿਛਾਂ ਅਸਲੇ ਹੋ ਗਿਆ ਸੋਤਲ। ਇਹ ਵੀ ਜਨਾਬ ਸਿਪਾਹੀ ਹੈ ਉਸਤਾਦ ਮਲਿਕ ਆਸਫ ਦਾ, ਸਲਮਾਨ ਡੱਲੂ ਸਾਹਿਬ ਹਨ ਜਿਹੜੇ ਮੇਨ ਸਿਪਾਹੀ, ਇਹ ਮਿਹਨਤ ਕਰਦੇ ਨੇ। ਮੇਜਰ ਸਾਹਿਬ ਖਲੀਫਾ ਸ਼ਰਾਫ ਸਾਹਿਬ ਰਹਿ ਗਏ ਜੀ ਤਿੰਨ ਮਿੰਟ ਤੁਹਾਡੇ ਕੋਲ, ਕੀ ਟਾਈਮ ਹੈ? ਦੋ ਮਿੰਟ ਰਹਿ ਗਏ ਸਰ, ਦੋ ਮਿੰਟ ਬਸ ਕਬੂਤਰ ਉਡਾਏ ਜਾਣਗੇ। ਉਸ ਤੋਂ ਬਾਅਦ ਸਾਰਾ ਦਿਨ ਅੱਜ ਜਨਾਬ ਇੱਥੇ ਹੀ ਆ ਲਾਈਵ ਦੋਸਤਾਂ ਨੂੰ ਇਨਸ਼ਾਅੱਲਾ ਸ਼ੋਅ ਕਰਾਂਗੇ। ਪਿਛਲੀ ਫੜਕ ਵੀ ਕਰਾਇਆ ਸੀ, ਮਲਿਕ ਆਸਫ ਸਾਹਿਬ ਦੀ ਛੱਤ ਹੋਏ ਸਨ ਟੋਟਲ ਘੰਟੇ 87 ਘੰਟੇ 35 ਮਿੰਟ ਹੋਏ ਸਨ। ਘੰਟੇ 40 ਮਿੰਟ ਪੰਜਾਬ ਵਿੱਚ ਅਤੇ ਜੇਹਲਮ ਵਿੱਚ 35 ਘੰਟੇ 37 ਘੰਟੇ, ਕਿਉਂਕਿ ਜੇਹਲਮ ਜਿਹੜਾ ਵਾ ਉਹਦੇ 'ਚ ਸੈਕਿੰਡ ਨਹੀਂ ਕਾਊਂਟ ਹੁੰਦੇ 3 ਮਿੰਟ ਦਾ, ਇਸ ਨਾਲ ਫਰਕ ਹੈ। ਰਾਜਾ ਅਜਮਲ ਸਾਹਿਬ ਕੋਲ ਪੁੱਛਦੇ, ਫੜਕ ਵੀ ਆਏ ਸਨ ਕਮੇਟੀ ਨਾਲ, ਸ਼ੋਅ ਕੀਤਾ ਸੀ ਜੀ, ਟਾਈਮ ਹੋ ਗਿਆ ਸਹੀ? ਅੱਲਾ ਪਾਕ ਖੈਰ ਕਰੇ, ਅੱਜ ਤੇ ਫਿਰ ਸਾਰੇ ਬੈਠੇ ਤੇ ਤੱਕੋਗੇ ਜੀ, ਇਨਸ਼ਾਅੱਲਾ ਖੈਰ ਕੀਤੇ ਜੀ। ਜੀ ਫਜ਼ਲ ਚੌਧਰੀ ਪੀਕੇ ਸਾਹਿਬ, ਵਾਲੇਕੁਮ ਸਲਾਮ।
सलाम जनाब सब वालेकुम सलाम तो सारे जनाब वाल उस्ताद मलिक आसफ की छत पले का टाइम हो गया जनाब कबूतर उड़न लगे पला हो गया जनाब उस्ताद मलिक आसफ आप खुआर की छत तो लो जी दोस्तों उस्ताद मलिक आसफ की छत उपर ला हो गया कबूतर उठ गए पला मार के आ रहे चादर सामने चा दे जी जी फजल चौधरी बिकत साहेब अल्लाह पाक साहब की खैर करे जी अज पंजवीं उड़ान फाइनल उड़ान है जी सब भरावों नूं बेस्ट ऑफ लक जी नासर भाई क्या हाल चाल है थोड़ा नासर रजाक ऑफ अमेरिका जनाब की हाल है सुने राजा तीक साहब राजा इरफान साहब सब भरावान जनाब अस्सलाम वालेकुम कबूतर मैदान पहुंच गया जनाब पांच मिनट पूरे नहीं कराने कबूतर उठ गए जी माशाल्लाह जी जी सबको बेस्ट ऑफ लक जी उतर जनाब मैदान पहुंच गए हम कैमरे की अख आमदन पर हल्का फुल्का
सारा दिन जनाब इतें ही जो भी अपडेट हो जनाब देंगे इंशाल्लाह ताला सुबह सुबह परदेसी भरा नज़ारा लैन जनाब सफा अफखार छत साइडा का व्यू जनाब आता चट खादम साहब नु चादर दे छोड़ी मनु गिली कुर्सी ते बिठा छोड़ी चलो जी ਕਿਹੜੀ ਬੜਕ ਦੀ ਆਦਮ ਸਾਹਿਬ ਗੱਲ ਕਰ ਰਹੇ ਹੋ ਜਦੋਂ ਤੇਰਾ ਤੇਰਾ ਚਾਰ ਚਾਰ ਗਏ ਵੀਹ ਤਰੀਕ ਵੀਰ ਨੂੰ ਤਾਂ ਕੋਈ ਵੀ ਨਹੀਂ ਨਾ ਬੱਚਿਆ ਵੀਰ ਨੂੰ ਚੰਦ ਹੀ ਬੱਚੇ ਨੇ ਕਬੂਤਰ ਆਏ ਆਏ ਵੀ ਕੋਨੇ ਤੁਹਾਡਾ ਇੱਕ ਆਇਆ ਸੀ ਜੀ ਦੋਸਤੋ ਅੱਜ ਇਨਸ਼ਾਅੱਲਾ ਸਾਰਾ ਦਿਨ ਇੱਥੇ ਹੀ ਆ ਜਨਾਬ ਚੌਥੀ ਉਡਾਨ ਵੀ ਇੱਥੇ ਹੀ ਰਹੀ ਆ ਸਾਰਾ ਦਿਨ ਸ਼ੋਅ ਕਰਾਇਆ ਸਾਰਿਆਂ ਨੂੰ ਦੋਸਤਾਂ ਭਰਾਵਾਂ ਨੂੰ ਅੱਜ ਵੀ ਇਨਸ਼ਾਅੱਲਾ ਤਾਲਾ ਇੱਥੇ ਹੀ ਚੱਲਾਂਗੇ सारा दिन कल इंशाल्लाह करियाले तो करांगे जी उस्तादी शकीरती दा फंक्शन है राजा कमर साहब करियाला उस्ताद इबरार खान साहब दे शागिर्द बहनगे कल सारी तकरीब जी जनाब लाइव चरासा उ हमजा जट साहब जी जी जट साहब बिल्कुल कबूतर उठ गए जी माशाल्लाह लोंडी मन लगता अपनी जगह से ही होनी ऐसा तू लास्ट जाती है लोंडी एक नहीं रही है काली मेरे हिसाब बंद नहीं होंगी काली सही देखो ना नजर आती है जी वेलकम जनाब फजल चौधरी पीके साहब अज साद मलिक आसफ से जनाब सुबह सुबह जोड़ों के व्यू तो थोड़े ही मगर जोड़ों का शौक कराने क्योंकि छत तो पंजाब असूलों ना खुलेगी 12 बजे 12 to 2 का टाइम है जिस टाइम दिल है खोल लवो चाहे 15 मिनट पहले 15 पहले तो 15 मिनट जो पुराना रूल है अगर तुम खोलना चाहो तो 15 मिनट के अंदर अंदर खोल सकते हो नहीं तो उस तो बाद 12 to 2 के दरम्यान खोल सकते एहसान मलिक भाई आसफ के लिए दुआएं जी जी ज्यादातर वैसे जो ग्राम जानने वाले ज्यादातर यही आखते भाई आसफ
ਭਾਈ ਅਸੀਂ ਆਨੇ ਆ ਉਸਤਾਦ ਆਸਫ ਹੈ ਹੁਣ ਜਿਆਦਾ ਉਸਤਾਦ ਆਸਫ ਆ ਉਸਤਾਦ ਤੇ ਹੁਣ ਹੋ ਗਏ ਨਾ ਜੀ आओ जी मेजर साहब खलीफा साहब खलीफा साहब पार्टी दे शिराज साहब इन्हां नाल चलने शोकर आओ छत हुण खुलनी 12-2 दे दरमियान है ना इतने जनाब मैं दोस्तों भरावां नूं उस्ताद मलिक आसफ दे जोड़ियां दा शोक कराने अब देखो उस्ताद आसफ खुआर दे ब्रीडर जोड़ा ना ऐ सेटअप बनाया जी ने जोड़े लादा नवे लगाए के सही हो मजे जी कोई खास अपने परिंदे चेक शो करवाओ ना दोस्तों नु नाल शो करवाइए और वो काला भी है मलक अली असगर वान साहब जनाब शो करवाओ लगे ना अपने चंद जड़े खास कबूतर ये कड़ा कबूतर है जी ये जी साढ़े भाई बाबर हैं फ्रांस तो सात हो गल सही ये मैंने गल गिफ्ट किए मोहम्मद वसीम सलाम दे रहे जी खलीफा साहब थानू लो सर ये कड़ी नस्ल है मेजर साहब अली आला कबूतर है जी मेजर साहब उसका शौक करा रहे बाबर चौधरी बाबर साहब बनने जड़े साहब ठीक जबरदस्त हो सर अली आला कबूतर उन्होंने गिफ्ट किए चौधरी साबर बाबर साहब जड़े सट हो गए उन्होंने बहुत अच्छा है बहुत अच्छा रिजल्ट है दस रहे जी माशाल्लाह कबूतर भी बहुत अच्छा काला जिन है जरा काला मेन कबूतर तेरे बच्चे उठने काला जीन उठना रे इसे ब्रीड जो काली माली भी पई हुई है इसे काली ਅੱਛਾ ਜਿਹੜੀ ਕਾਲੀ ਕਾਲੀ ਉੱਚਣ ਲੱਗੀ ਉੱਚਣ ਲੱਗੇ ਉਸ ਉਸਦਾ ਪਤਾ ਹੈ ਕਾਲਿਆਂ ਜੂਏ ਦੇ ਨਾਲ ਹੈ ਸਹੀ
अली असगर नासर आजाद जनाब मतलब सब तुम सलाम दे रहे हैं सलाम के यार भाई नासर ठीक हो तो सर ये केड़ा है जी ये भी घर दा थोड़ा घर है ये पठाना ने घर दा जनाब इधर तो बच्चे साडे चेतर भी उड़दे अच्छा जी ये जो सामने हैं तकिया नहीं ਘਰ ਦੀ ਬਰੀਡ ਹੈ ਜੀ ਇਹਨਾਂ ਦੀ ਜਿਹਦਾ ਮਾਂ ਬਾਪ ਵੀ ਕੋਲ ਹੈ ਇਹ ਆਪ ਵੀ ਬੱਚੇ ਉਡਾ ਰਿਹਾ ਜੀ ਮਾਸ਼ਾਅੱਲਾ ਜੋ ਪੁੱਤਰ ਬੈਠੇ ਤੇਰਾ ਉਹਦਾ ਸ਼ੁਕਰ ਇਹ ਸਾਡੇ ਉਸਤਾਦ ਦੀ ਪਸੰਦ ਹੈ ਬਠੇਰੇ ਜਿਹੜਾ ਸਾਨੂੰ ਜਿੱਥੋਂ ਹੀ ਅੱਛਾ ਲੱਭਿਆ ਅਸੀਂ ਲੈ ਆਉਂਦੇ फ्रांस वाला कबूतर है जी बच्चे असल जिन्हें है कमरे च कबूतर मगर इन्होंने बहर खोलने होंगे बहर कटे होंगे खुले तो इस वजह बिच थोड़े इन्हें टुके हुए ने बड़ी मौज होनी जी माशा नंबर दोस्तों अगर कोई थानू बिच जनाब कोई पसंद हो तो सो जनाब बुक करवा के भरावान जी फर्क लगे जी डब वाले फर्क लगे बड़ा प्यार वाला भरा है मलिक आदल ढोरी वाला उन्हें सानू गिफ्ट किया है ये आदल ढोरी वाला आदल डब वाला आदल वाले मशहूर है इधर बहुत अच्छा है सिद्धू साहब वालेकुम सलाम दोस्तों उस्ताद मलिक आसिफ अली असगर अफगान साहब मलिक जैन सब मिलके शो करते हैं सारे क्रिएटर जो है सैटअप जी
ਕਿਹੜੀ ਬਰੀਡ ਹੈ ਜੀ? ਇਹ ਸੀ ਹੀਰਾ ਲਾ ਲਿਆ ਨਹੀਂ ਸਹੀ ਹੀਰਾ ਬਹੁਤ ਕਮਾਲ ਹੈ ਥੋੜ੍ਹੇ ਘਟਾਏ ਨਾ ਥੋੜ੍ਹੇ ਹੈ ਨਾ ਉੱਪਰ 90 ਰੁਪਏ ਚੱਲੇ ਥੋੜ੍ਹਾ ਜਿਹਾ ਸਾਈਕਲ ਸਾਪੂ ਹੈ ਸਭ ਪੜੇ ਹੈ ਜੋੜੇ ਛੋੜੇ ਜਿਆ ਦੱਸਿਆ ਸੀ ਮਲਕ ਹੋਰ ਅੱਗੇ ਵੀ ਪਿਛਲੇ ਕਮਰੇ ਲੱਖੀ ਦਾ ਸ਼ੌਕ ਕਰਾ ਮਾਰਾ ਲੱਖ ਹੈ ਹਾਂ ਜੀ ਇਹ ਵੀ ਆਦਰ ਧੋਰੀ ਵਾਲੇ ਨੇ ਜੀ ਸਾਨੂੰ ਗਿਫਟ ਕੀਤਾ ਇਹ ਕਿੱਥੋਂ ਆਇਆ ਇਹ ਨਨਕਾਣੇ ਵਾਲਾ ਉਹਨਾਂ ਦਾ ਇਹ ਆਦਰ ਧੋਰੀ ਸਹੀ ਇਹ ਉਹਨੇ ਦਿੱਤਾ ਆਦਰ ਧੋਰੀ ਤੁਹਾਨੂੰ ਗਿਫਟ ਕੀਤਾ ਪਿੱਛੋਂ ਨਨਕਾਣੇ ਤੋਂ ਆਏ ਜਾਂ ਉਹਨਾਂ ਦਾ ਨਨਕਾਣਾ ਸਰ ਰਿਜ਼ਲਟਿਡ ਹੋਣੇ ਚਾਹੀਦੇ ਨੇ ਰਿਜ਼ਲਟਿਡ ਤੁਹਾਡੇ ਕੋਲ ਹੈ ਕਾਫੀ ਜ਼ਿਆਦਾ ਹਾਂ ਇੱਕ ਤਾਂ ਨਹੀਂ ਹੁੰਦੇ ਨੇ ਇਹ ਅਸੀਂ ਰੋਲਾ ਰੋਲਾ ਪਾ ਕੇ ਥੋੜ੍ਹੇ ਜ਼ਿਆਦਾ ਕਰਾਇਆ ਨਹੀਂ ਤਾਂ ਭਾਈ ਆਸਲ ਜਿਹੜਾ ਵਾ ਨਹੀਂ 10 ਜੋੜੇ 15 ਬੋਲ ਕੱਲ੍ਹ ਦਾ ਸਹੀ ਜਿਹੜਾ ਰਿਜ਼ਲਟਿਡ ਹੋਵੇ ਫਿਰ ਸਵਾਦ ਹੀ ਹੋਵੇ ਇੱਕ ਬੁੱਤ ਚੋਕ ਰਹਿ ਦਾ ਇਹ ਹੈ ਨਾ ਵੱਡਾ ਹੋਵੇ ਇਹ ਕਿਹੜਾ ਜੀ ਵੱਡਾ ਸਲਾਰ ਇਹ ਵੀ ਹੋਮ ਬਰੀਡ ਸਹੀ ਹੈਲੋ ਦੋਸਤੋ ਬਰੀਡਰ ਅੱਜ ਜਨਾਬ ਸਾਰਾ ਦਿਨ ਇੱਥੇ ਹੀ ਹਾਂ ਇਨਸ਼ਾਅੱਲਾ ਤੇ ਤੁਹਾਨੂੰ ਸ਼ੋਅ ਕਰਾ ਤਾ ਬੈਠਣ ਤੱਕ ਕਬੂਤਰ ਆਖਰੀ ਕਬੂਤਰ ਬੈਠਣ ਤੱਕ ਕੱਲ੍ਹ ਫਿਰ ਜਨਾਬ ਤੁਹਾਨੂੰ ਰਸਮੇ ਤਾਦੀ ਸ਼ਗੀਰ ਦੀ ਤਕਰੀਬ ਵਿੱਚ ਲੈਬ ਦਿਖਾ ਤਾ ਕੱਲ੍ਹ ਰਾਜਾ ਕਮਰ ਸਾਹਿਬ ਨਹੀਂ ਕਰਿਆਲਾ ਉਹਨਾਂ ਉਸਤਾਦ ਇਬਰਾਹਿਮ ਖਾਨ ਸਾਹਿਬ ਦਾ ਸ਼ਗਿਰਦਾਰ ਹੈ ਕਬੂਤਰ ਉੱਠ ਕੇ ਟੁਰ ਗਏ ਜਨਾਬ ਹੁਣ ਸਭ ਦੋਸਤਾਂ ਭਰਾਵਾਂ ਨੂੰ ਜਨਾਬ ਜਿਸ ਟਾਈਮ ਕਬੂਤਰ ਆਵਣਗੇ ਉਸ ਟਾਈਮ ਫਿਰ ਦੁਬਾਰਾ ਅੱਲਾਹ ਖੈਰ ਕੀਤੀ ਅਤੇ ਸ਼ੋਅ ਕਰਾ ਸਾਂ ਸਾਨੂੰ ਇਜਾਜ਼ਤ ਦਿਓ ਉਸ ਟਾਈਮ ਤੱਕ ਫਿਰ ਦੁਬਾਰਾ ਇੱਥੇ ਹੀ ਹਾਂ ਜਨਾਬ ਸਾਰੀ ਰਿਪੋਰਟ ਅਪਡੇਟ ਦੇ ਰਵਾਂਗੇ ਦੁਆਵਾਂ ਯਾਦ ਰੱਖਣਾ ਆਪਣਾ ਖਿਆਲ ਰੱਖਣਾ ਅਤੇ ਸਾਨੂੰ ਵੀ ਆਪਣੀਆਂ ਦੁਆਵਾਂ ਯਾਦ ਰੱਖਣਾ ਬਹੁਤ ਸ਼ੁਕਰੀਆ ਸਭ ਦੋਸਤਾਂ ਭਰਾਵਾਂ ਦਾ ਕਮਰਸ ਕਰਨ ਦਾ ਲਾਇਕ ਕਰਨ ਦਾ ਅਤੇ ਸ਼ੇਅਰ ਵੀ ਜਨਾਬ ਸਾਰੇ ਦੋਸਤ ਭਰਾ ਕਰਿਆ ਕਰੋ ਬਹੁਤ ਸ਼ੁਕਰੀਆ ਅੱਲਾ ਹਾਫਿਜ਼ ਫੀ ਅਮਾਨ ਅੱਲਾ